ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਲੁਧਿਆਣੇ ਵਿੱਚ ਅੱਜ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਸਮੇਤ ਸਾਰੇ ਵਿਧਾਇਕਾਂ ਨੇ ਹਿੱਸਾ ਲਿਆ। ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਹਫਤੇ ਵਿੱਚ 4 ਦਿਨ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਖੁਦ ਅਤੇ ਵਿਧਾਇਕਾਂ ਦੀ ਬੁੱਢੇ ਦਰਿਆ ਉੱਪਰ ਡਿਊਟੀ ਲਾਉਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਜਿਹੜੀ ਇੰਡਸਟਰੀ ਕੈਮੀਕਲ ਵਾਲਾ ਪਾਣੀ ਬੁੱਢੇ ਦਰਿਆ ਵਿੱਚ ਪਾਵੇਗੀ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਤੇ ਆਪ ਵਿਧਾਇਕ ਹਰਦੀਪ ਸਿੰਘ ਮੰਡੀਆ ਨੇ ਕਿਹਾ ਕਿ ਹੁਣ ਬੁੱਢੇ ਦਰਿਆ ਵਿੱਚ ਗੰਦਾ ਪਾਣੀ ਪਾਉਣ ਵਾਲੀ ਇੰਡਸਟਰੀ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਬਲਵੀਰ ਸਿੰਘ ਸੀਚੇਵਾਲ ਤੇ ਹਰਦੀਪ ਸਿੰਘ ਮੰਡੀਆ ਨੇ ਹੋਰ ਕੀ ਕਿਹਾ ਆਓ ਜਾਣਦੇ ਹਾਂ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ। ਇਹ ਮੀਟਿੰਗਾਂ ਜਦੋਂ ਦੀ ਸਰਕਾਰ ਬਣੀ ਹੈ, ਜਦੋਂ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹਦੇ ਚੱਲੇ ਹੋਏ, ਉਹਨਾਂ ਨੇ ਪਹਿਲੇ ਦਿਨ ਸੁਪਨਾ ਸੀ ਕਿ ਲੁਧਿਆਣੇ ਵਾਸੀਆਂ ਨੂੰ ਜਿਹੜਾ ਬੁੱਢਾ ਨਾਲਾ ਉਹ ਸਾਫ਼ ਪਾਣੀ ਦੇਣਾ। ਸੋ ਸਾਡੀ ਇੱਕ ਕਮੇਟੀ ਬਣਾਈ ਗਈ ਵਿਧਾਨ ਸਭਾ ਵੱਲੋਂ, ਸਪੀਕਰ ਸਾਹਿਬ ਵੱਲੋਂ, ਅਤੇ ਸਾਡੇ MLA ਸਤਿਕਾਰਯੋਗ ਮਦਨ ਲਾਲ ਬੱਗਾ ਜੀ, ਪੱਪੀ ਪ੍ਰੈਸੀਡੈਂਟ ਪੱਪੀ ਜੀ, ਅਸੀਂ ਭੋਲਾ ਜੀ, ਅਸੀਂ ਸਾਰੇ ਲੱਗੇ ਹੋਏ ਹਾਂ। ਪਰ ਇਹਦੇ ਵਿੱਚ ਸਾਨੂੰ ਇੰਡਸਟਰੀ ਵਾਲਿਆਂ ਦਾ ਸਾਥ ਨਹੀਂ ਮਿਲ ਰਿਹਾ। ਇੰਡਸਟਰੀ ਦਾ ਜਿਹੜਾ ਪੋਲਿਊਸ਼ਨ ਹੈ ਉਹ ਅਸਲ 'ਚ ਕਹਿ ਤਾਂ ਦਿੰਦੇ ਅਸੀਂ ਪਲਾਂਟ 'ਚ ਲੈ ਪਾਉਂਦੇ ਹਾਂ ਜੀ, ਉਹਦੇ 'ਚ ਪਾਉਂਦੇ ਹਾਂ, ਪਰ ਉਹ ਪ੍ਰਸ਼ਾਸਨ ਅਫਸਰ ਮੁਲਾਜ਼ਮ ਵੀ ਚੈੱਕ ਵੀ ਕਰਦੇ ਆ, ਪਤਾ ਨਹੀਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿਹੜੇ ਵੇਲੇ ਸਿਵਰੇਜ 'ਚ ਪਾਣੀ ਪਾ ਕੇ ਫਿਰ ਬੁੱਢੇ ਨਾਲੇ ਨੂੰ ਗੰਦਾ ਕਰ ਦਿੰਦੇ ਆ। ਹੁਣ ਤਾਂ ਪੂਰੀ ਸਖਤੀ ਕਰਾਂਗੇ, ਸਖਤੀ ਜ਼ਿਆਦਾ ਸਖਤੀ ਜਦੋਂ ਹੁੰਦੀ ਆ ਤਾਂ ਫਿਰ ਇਹ ਕਹਿੰਦੇ ਜੀ ਰੁਜ਼ਗਾਰ ਮਾਰਿਆ ਜਾਂਦਾ ਜੀ ਲੁਧਿਆਣੇ ਦੇ ਲੋਕ ਨੌਜਵਾਨਾਂ ਦਾ ਰੁਜ਼ਗਾਰ। ਪਰ ਹੁਣ ਅਸੀਂ ਫੈਸਲਾ ਕਰ ਲਿਆ, ਇੱਕ ਵਾਰ ਚਾਹੇ ਇੰਡਸਟਰੀ ਬੰਦ ਹੋਵੇ, ਜਿਹੜੀ ਇੰਡਸਟਰੀ ਬੁੱਢੇ ਨਾਲੇ ਨੂੰ ਸਾਫ਼ ਪਾਣੀ ਦੇ ਰੂਪ 'ਚ ਨਹੀਂ ਪਾਣੀ ਸਾਫ਼ ਦਊਗੀ, ਸਾਨੂੰ ਨਹੀਂ ਸਾਫ਼ ਕਰਨ ਦੀ ਸਾਡੀ ਹੈਲਪ ਨਹੀਂ ਕਰੂਗੀ, ਉਹ ਇੰਡਸਟਰੀ ਚਾਹੇ ਤਾਲਾ ਲੱਗੇ। ਅਸੀਂ ਵਾਤਾਵਰਨ ਨੂੰ ਬਚਾਉਣਾ, ਅਸੀਂ ਸਾਫ਼ ਪਾਣੀ ਨੂੰ ਬਚਾਉਣਾ, ਅਸੀਂ ਆਪਣੇ ਲੁਧਿਆਣਾ ਵਾਸੀਆਂ ਨੂੰ ਬਚਾਉਣਾ। ਸੋ ਇਹ ਅਸੀਂ ਸਾਡੀ ਕਮੇਟੀ ਦੀ ਪਹਿਲ ਹੈ। ਅਤੇ ਸਾਡੇ ਸਤਿਕਾਰਯੋਗ ਮੇਰੇ ਵੱਡੇ ਵੀਰ ਮਤਲਬ ਬੱਗਾ ਜੀ ਖੜ੍ਹੇ ਆ, ਪੱਪੀ ਜੀ ਖੜ੍ਹੇ ਆ, ਇਹ ਪੂਰੇ ਜੋਸ਼ ਨਾਲ ਲੱਗੇ ਹੋਏ ਆ। ਕਿ ਲੱਗਦਾ ਨਹੀਂ ਕੰਟਰੋਲ ਬੋਰਡ ਦੀ ਕਦੇ ਜ਼ਿੰਮੇਵਾਰੀ ਜਿਹੜੀ ਫਿਕਸ ਹੋਣੀ ਚਾਹੀਦੀ ਹੈ, ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜਿਹੜੀ ਜ਼ਿੰਮੇਵਾਰੀ ਆ, ਜ਼ਿੰਮੇਵਾਰੀ ਤੇ ਉਹਨਾਂ ਦੀ ਅਸੀਂ ਕਹਿ ਕੇ ਮਤਲਬ ਕਹਿੰਦੇ ਵੀ ਆ, ਉਹ ਕਰਕੇ ਵੀ ਦਿਖਾ ਦਿੰਦੇ ਆ, ਪਰ ਉਸ ਤੋਂ ਬਾਅਦ ਫਿਰ ਪਤਾ ਨਹੀਂ ਕੀ ਹੋ ਜਾਂਦਾ ਕਿ ਥੋੜ੍ਹੇ ਦਿਨ ਉਹ ਕਰਦੇ ਆ ਫਿਰ ਉਹੀ ਸ਼ੁਰੂਆਤ। ਪਰ ਇਹਦੀ ਮੇਨ ਪ੍ਰੋਬਲਮ ਨਾਲ ਡੈਰੀਆਂ ਦੀ ਹੈ, ਡੈਰੀਆਂ ਬੰਦ ਹੋਣੀਆਂ ਚਾਹੀਦੀਆਂ, ਇਹ ਸਾਰੀ ਪਲੈਨਿੰਗ ਬਣਾ ਰਹੇ ਹਾਂ, ਸਾਡੀ ਕਮੇਟੀ ਬਣਾ ਰਹੀ ਹੈ, ਕਮੇਟੀ 'ਚ ਮੀਟਿੰਗ ਹੋਏਗੀ। ਮਤਲਬ ਹੁਣ ਸਖਤੀ ਕੀਤੀ ਜਾਊਗੀ ਜਿਹੜੀਆਂ ਇੰਡਸਟਰੀ ਸਖਤੀ, ਚਾਹੇ ਇੰਡਸਟਰੀ ਜਿੰਨੀ ਵੀ ਜਿਹੜੀਆਂ ਹੈਗੀਆਂ ਕੈਮੀਕਲ ਇੰਡਸਟਰੀ ਜਿਹੜੀਆਂ ਪਾਣੀ ਗੰਦਾ ਪਾਣੀ ਵਿੱਚ ਪਾਉਂਦੀਆਂ, ਜਿਹੜੇ ਪਲਾਂਟ ਤੋਂ ਬਿਨਾਂ ਚੋਰੀ ਸਿਵਰੇਜ 'ਚ ਪਾਉਂਦੀਆਂ, ਉਹਦੇ 'ਤੇ ਸਖਤੀ ਕਰਕੇ ਪੂਰੀ ਕਾਰਵਾਈ ਕੀਤੀ ਜਾਏਗੀ। ਕੀ ਜਿਹੜੀ ਉਹਨਾਂ ਨੂੰ ਅਪੀਲ ਆ, ਕਿਉਂਕਿ ਇੰਡਸਟਰੀਸਟ ਕਿਤੇ ਨਾ ਕਿਤੇ, ਇੰਡਸਟਰੀਸਟਾਂ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਕੋਈ ਇਹੋ ਜਿਹੀ ਕਾਰਵਾਈ ਹੁੰਦੀ ਹੈ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਸਾਨੂੰ ਸਰਕਾਰ ਤੰਗ ਕਰਦੀ, ਪਰ ਤੁਹਾਨੂੰ ਬੇਨਤੀ ਹੈ ਕਿ ਜਿੰਨੇ ਵੀ ਕੈਮੀਕਲ ਵਾਲਾ ਪਾਣੀ ਸਿਵਰੇਜ ਰਾਹੀਂ ਤੁਸੀਂ ਬੁੱਢੇ ਨਾਲੇ 'ਚ ਪਾਉਂਦੇ ਹੋ, ਉਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਨਾ ਪਾਇਆ ਜਾਵੇ। ਜਿਹੜਾ ਪਲਾਂਟ ਲੱਗਿਆ ਪਲਾਂਟ ਦੇ ਵਿੱਚ ਪਾਣੀ ਭੇਜਿਆ ਜਾਵੇ, ਜਿੰਨੀ ਤੁਹਾਡੀ ਮਨਜ਼ੂਰੀ ਉਹਦੇ ਹਿਸਾਬ ਨਾਲ ਹੀ ਇੰਡਸਟਰੀ ਚਲਾਈ ਜਾਵੇ। ਸਰ ਲੋਕਾਂ ਨੂੰ ਵੀ ਵੱਡੀ ਮਾਰ ਪੈਂਦੀ, ਕਿਤੇ ਨਾ ਕਿਤੇ ਵੱਡੀਆਂ ਬਿਮਾਰੀਆਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਕਈ ਇਲਾਕਿਆਂ ਦੇ ਵਾਸੀਆਂ ਨੂੰ। ਸਾਡੇ ਦੇਖੋ ਪੱਪੀ ਜੀ ਤਾਂ ਮੈਨੂੰ ਮਜ਼ਾਕ ਵੀ ਕਰ ਦਿੰਦੇ ਆ ਕਿ ਤੁਹਾਡੇ ਵਾਲੇ ਹਲਕੇ 'ਚੋਂ ਆ ਕੇ ਮੇਰੇ ਹਲਕੇ 'ਚ ਆ ਕੇ ਬਿਮਾਰੀਆਂ ਪੈਦਾ ਹੁੰਦੀਆਂ। ਸੋ ਅਜਿਹਾ ਨਹੀਂ ਹੋਣ ਦਿੱਤਾ ਜਾਏਗਾ, ਲੁਧਿਆਣੇ ਵਾਸੀਆਂ ਨੂੰ ਅਸੀਂ ਸਾਫ਼ ਸੁਥਰਾ ਪਾਣੀ ਦੇਵਾਂਗੇ। ਇਹ ਗੱਲ ਤੁਹਾਡੀ ਸਹੀ ਹੈ ਕਿ ਹੁਣ ਤੱਕ ਹਰ ਚਾਹੁੰਦਾ ਕਿ ਬੁੱਢਾ ਦਰਿਆ ਸਾਫ਼ ਹੋਵੇ, ਬੁੱਢਾ ਦਰਿਆ ਦਰਿਆ ਬਣੇ। ਜਿਹੜਾ ਇੱਥੇ ਮਾਲਵਾ ਅਤੇ ਰਾਜਸਥਾਨ ਤੱਕ ਇਹਦਾ ਮਾੜਾ ਪ੍ਰਭਾਵ ਜਾ ਰਿਹਾ, ਇਹ ਸਾਰਾ ਕੁਛ ਜਿਹੜਾ ਹੈਗਾ ਇਹਦੇ ਵਾਸਤੇ ਦੂਸਰੀ ਮੀਟਿੰਗ ਆ, ਪਹਿਲੀ ਮੀਟਿੰਗ ਹੋ ਚੁੱਕੀ ਹੈ, ਇਹ ਵਿਧਾਨ ਸਭਾ ਕਮੇਟੀ ਦੇ ਅੱਜ ਸਪੀਕਰ ਸਾਹਿਬ ਵੀ ਆਏ, ਉਹਨਾਂ ਦੇ ਨਾਲ ਸਾਰੇ MLA ਸਾਹਿਬਾਨ। ਸੋ ਜਿਹੜਾ ਹੈ ਇਹ ਸਾਰਾ ਕੁਛ ਜਿਹੜਾ ਬੁੱਢਾ ਦਰਿਆ ਵਾ, ਕਿਉਂਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ, ਇਹਨੂੰ ਇੱਥੇ ਗੁਰਦੁਆਰਾ ਗਊ ਘਾਟ ਬਣਿਆ ਹੋਇਆ, ਬੜਾ ਸਾਫ਼ ਸੁਥਰਾ ਇਹ ਵਗਦਾ ਸੀ। ਹੁਣ ਵੀ ਜਿੱਥੇ ਵੀ ਬਹੁਤ ਜਿਹੜੇ ਹੈਗੇ ਆ ਟਰੀਟਮੈਂਟ ਪਲਾਂਟ, ਜਿੱਦਾਂ ਇੰਡਸਟਰੀਅਲ ਸੀਗੇ, ਇੱਕ 50 MLD, 45 MLD, 15 MLD, ਫਿਰ 225 MLD ਜਿਹੜਾ ਹੈਗਾ ਘਰੇਲੂ ਵੇਸਟ ਵਾਲਾ, ਉਹ ਟਰੀਟਮੈਂਟ ਪਲਾਂਟ ਲੱਗਾ। ਸੋ ਉਹਦੇ ਵਾਸਤੇ ਕੁਛ ਹਜੇ ਜਿਹੜੇ ਡੈਰੀਆਂ ਦਾ ਅਤੇ ਉਹ ਗੋਹੇ ਦਾ ਉਹਦਾ ਪ੍ਰਬੰਧ ਜਿਹੜਾ ਹੈਗਾ, ਉਹਦੇ ਵਾਸਤੇ ਅਜੇ ਜਿਹੜੀ ਹੈਗੀ ਆ ਗੱਲਬਾਤ ਹੋਈ ਹੈ। ਉਹਦੇ ਨਾਲ ਅਸੀਂ ਜਿਹੜੇ ਟਰੀਟਮੈਂਟ ਪਲਾਂਟ ਇੰਡਸਟਰੀ ਵਾਲਾ ਜਾਂ ਜਿਹੜੇ ਘਰਾਂ ਦੇ ਵਿੱਚ ਜਿਹੜੀਆਂ ਇੰਡਸਟਰੀਆਂ, ਚਾਹੇ ਉਹ ਇਲੈਕਟ੍ਰੋਨਿਕ ਜਿਹੜੀਆਂ ਉਹ ਦਾ ਕੰਮ ਕਰਦੀਆਂ, ਜਿਹੜੀਆਂ ਇਲੈਕਟ੍ਰੋਪਲੇਟਿੰਗ ਦਾ, ਜਾਂ ਜਿਹੜੀਆਂ ਹੈਗੀਆਂ ਦੂਸਰੀਆਂ ਵੀ, ਉਹਦੇ ਵਾਸਤੇ ਵੀ ਜਿਹੜੀ ਹੈਗੀ ਹੈ ਕਿ ਪਾਣੀ ਟ੍ਰੀਟ ਹੋ ਕੇ, ਕਿਉਂਕਿ 22 ਲਾਅ ਕੇ 1976 ਦੇ ਐਕਟ ਅਨੁਸਾਰ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਇਹਦੇ ਵਿੱਚ ਗੰਦਾ ਪਾਣੀ ਪਾਵੇ ਜਾਂ ਥੁੱਕ ਵੀ ਸਕਦਾ, ਕਿਉਂਕਿ ਸਾਡੇ ਪਵਿੱਤਰ ਆ।
ਇਹਨਾਂ ਦੇ ਨਾਲ ਹੁਣ ਨਦੀਆਂ ਦਰਿਆਵਾਂ ਦੇ ਨਾਲ ਪਾਣੀਆਂ ਦੇ ਨਾਲ ਧੱਕਾ ਹੋਇਆ। ਸੋ ਇਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਸਾਰੇ MLA ਸਾਹਿਬਾਨ ਦੇ ਨਾਲ ਵੀ ਕਿ ਹਫ਼ਤੇ ਦਾ ਇੱਕ ਦਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਬੁੱਢੇ ਦਰਿਆ ਦੇ ਉੱਤੇ ਜਿਹੜਾ ਹੈਗਾ ਵੱਖ ਵੱਖ ਵਿਸ਼ਿਆਂ ਦੇ ਉੱਤੇ ਇਹਦਾ ਟਾਈਮ ਕੱਢਿਆ ਜਾਵੇ। ਸਾਰੇ MLA ਸਾਹਿਬਾਨ ਸਾਰੇ ਹਰ ਸ਼ਹਿਰ ਵਾਸੀ ਚਾਹੁੰਦਾ, ਕਲਾ ਸ਼ਹਿਰ ਵਾਸੀ ਨੇ, ਰਾਜਸਥਾਨ ਦੇ ਕੋਲ ਲੋਕ ਚਾਹੁੰਦੇ ਆ ਕਿ ਇਹ ਗੰਦਾ ਪਾਣੀ ਰੁਕੇ ਤੇ ਕਾਨੂੰਨ ਜਿਹੜਾ ਹੈਗਾ ਉਹ ਕੰਮ ਕਰੇ, ਕੋਈ ਵੀ ਜਿਹੜਾ ਪਾ ਰਿਹਾ ਉਹਦੇ ਉੱਤੇ ਕਾਰਵਾਈ। ਬਾਬਾ ਜੀ, ਲੋਕਾਂ ਦੀ ਇਨਰੋਲਮੈਂਟ ਨੂੰ ਕਿੱਦਾਂ ਦੇਖਦੇ ਹੋ ਕਿ ਲੋਕ ਹਾਲੇ ਵੀ ਜਾਗਰੂਕ ਨਹੀਂ ਹੈਗੇ, ਹਾਲੇ ਵੀ ਪਾਣੀ ਸੁੱਟਦੇ ਨੇ, ਕੂੜਾ ਸੁੱਟਦੇ ਨੇ, ਇੱਥੋਂ ਤੱਕ ਕਿ ਓਫੈਂਸਿੰਗ ਲਾਈ ਜਾ ਰਹੀ ਹੈ ਉਹਦੇ ਆਲੇ ਦੁਆਲੇ ਵੀ ਲੋਕ ਕੂੜਾ ਦਾ ਸੁੱਟਣ, ਲੋਕਾਂ ਨੂੰ ਕਿੱਦਾਂ ਦੇਖਦੇ? ਨਹੀਂ, ਲੋਕਾਂ ਦੀ ਜਾਗਰੂਕਤਾ ਦੀ ਵੀ ਲੋੜ ਆ, ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਸਮਾਜ ਸੇਵੀ ਜਥੇਬੰਦੀਆਂ ਨੂੰ, ਉਹਨਾਂ ਨੂੰ ਵੀ ਮਹਾਂਪੁਰਸ਼ਾਂ ਨੂੰ ਵੀ ਨਾਲ ਲਿਆ ਜਾਵੇ ਤਾਂ ਕਿ ਲੋਕ ਵੀ ਇਹ ਸੋਚਣ ਕਿ ਇਹਨੂੰ ਅਸੀਂ ਸਾਫ਼ ਸੁਥਰਾ ਰੱਖਣਾ। ਅਤੇ ਜਦੋਂ ਲੋਕ ਵੀ ਅਤੇ ਸਰਕਾਰ ਵੀ ਪ੍ਰਸ਼ਾਸਨ ਵੀ ਸਾਰੇ ਆਪਣੀ ਡਿਊਟੀ ਕਰਨਗੇ ਤੇ ਜ਼ਰੂਰ ਜਿਹੜਾ ਹੈਗਾ ਬੁੱਢਾ ਦਰਿਆ ਦੁਆਰਾ ਜਿਹੜਾ ਸਾਫ਼। ਬਾਬਾ ਜੀ, ਇੱਕ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਮੁੱਦਾ ਬਹੁਤ ਭੱਖਿਆ ਹੋਇਆ ਹੈਗਾ, ਜਿੱਥੇ ਸ਼ਹਿਰੀਕਰਨ ਹੋ ਰਿਹਾ ਜ਼ਿਆਦਾ ਉੱਥੇ ਸੜਕਾਂ ਦੀ ਮੁਰੰਮਤ ਲਈ, ਸੜਕਾਂ ਦੇ ਵਿਕਾਸ ਲਈ ਬਹੁਤ ਵੱਡੇ ਪੱਧਰ 'ਤੇ ਦਰੱਖਤ ਵੱਢੇ ਜਾ ਰਹੇ ਨੇ, ਸੋ NGT ਨੇ ਵੀ ਇਸ 'ਤੇ ਸਖ਼ਤੀ ਜਤਾਈ ਹੈ, ਸੋ ਕਿੱਦਾਂ ਦੇਖ ਰਹੇ ਹੋ ਪੂਰੇ ਮਾਮਲੇ? ਕਿਉਂਕਿ ਇਹ ਇੱਕ ਬੜੀ ਵੱਡੀ ਸਮੱਸਿਆ, ਕਿਉਂਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਸੜਕਾਂ ਚੌੜੀਆਂ ਹੋਣ, ਵੱਡੀਆਂ ਹੋਣ, ਅਤੇ ਜੇ ਉਹਨੂੰ ਆਪਾਂ ਚੌੜਾ ਕਰਾਂਗੇ ਤਾਂ ਉਹਦੇ ਵਿੱਚ ਉਹ ਦਰੱਖਤ ਆਉਂਦੇ ਆ, ਪਰ ਉਹਦੇ ਬਦਲੇ ਇਹ ਵੀ ਹੋਣਾ ਚਾਹੀਦਾ ਉਹਦੇ ਨਾਲ ਲੱਗਣੇ ਚਾਹੀਦੇ ਆ, ਉਦੋਂ 10-15 ਗੁਣਾ ਵੱਧ ਦਰੱਖਤ ਲੱਗਣ ਤਾਂ ਕਿ ਉਹਨਾਂ ਦੀ ਥਾਂ ਦੇ ਉੱਤੇ ਲੈ ਸਕਣ। ਸੋ ਉਹ ਕਈ ਵਾਰ ਆਪਾਂ ਕਾਗਜ਼ਾਂ ਵਿੱਚ ਲੱਗ ਜਾਂਦਾ, ਉਦੋਂ ਪ੍ਰੈਕਟੀਕਲ ਆਪਾਂ ਦੇਖਿਆ ਹੀ ਹੈ ਕਿ ਤਾਂ ਜੰਗਲੇ ਬਣ ਜਾਂਦੇ ਆ, ਲੱਗਦਾ ਉੱਥੇ ਕੁਛ ਨਹੀਂ। ਸੋ ਇਹਦੇ ਵਾਸਤੇ ਪ੍ਰੈਕਟੀਕਲ ਰੂਪ ਦੇ ਵਿੱਚ ਉਹ ਜਿਹੜੇ ਆਪਾਂ ਕੰਮ ਕਰਦੇ ਹਾਂ, ਜਦੋਂ ਧਰਤੀ 'ਤੇ ਆਉਣਗੇ ਦੋ ਹੀ ਚੀਜ਼ਾਂ, ਇੱਕ ਤਾਂ ਹਰਿਆ ਭਰਿਆ ਹੋਵੇ ਲੁਧਿਆਣਾ, ਦੂਸਰਾ ਇਹ ਬੁੱਢਾ ਦਰਿਆ ਜਿਹੜਾ ਹੈਗਾ ਦੁਆਰਾ ਪੋਲਿਊਸ਼ਨ ਮੁਕਤ। ਚਾਹੇ ਇੰਡਸਟਰੀ ਦੀ ਗੱਲ ਕਰੀਏ, ਚਾਹੇ ਡੈਰੀਆਂ ਦੀ ਗੱਲ ਕਰੀਏ, ਪਾਣੀ ਆਉਂਦਾ ਲਗਾਤਾਰ, ਸਰਕਾਰਾਂ ਕਹਿੰਦੀਆਂ ਨੇ ਕਿ ਉਹਨਾਂ ਨੂੰ ਰੋਕਿਆ ਜਾਊਗਾ, ਕਿੱਥੇ ਉਹਨਾਂ ਦਾ ਜਿਹੜਾ ਡਿਸਪੋਜ਼ਲ ਕੀਤਾ ਜਾਊਗਾ ਪਾਣੀ ਦਾ? ਨਹੀਂ, ਜਿਹੜਾ ਪਾਥੀ ਆ ਨਾ, ਅਸਲ ਵਿੱਚ ਉਸ ਚੀਜ਼ ਦੇ ਜਿਸ ਤਰੀਕੇ ਦੇ ਨਾਲ ਇਹਦਾ ਨਜਿੱਠਣਾ ਚਾਹੀਦਾ ਹੋਇਆ ਨਹੀਂ ਕੰਮ, ਕਿਉਂਕਿ ਹੁਣ ਤੱਕ ਅਸੀਂ 9 ਤੋਂ ਲੈ ਕੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਮੈਂਬਰ ਵੀ ਰਹੇ ਹਾਂ, NGT ਦੇ ਹੈਗਾ ਉਹਦੇ ਵੀ ਮੈਂਬਰ ਰਹੇ ਹਾਂ, ਪਰ ਗੱਲਾਂ ਹੀ ਹੋਈਆਂ ਵਾ ਪ੍ਰੈਕਟੀਕਲ ਰੂਪ ਦੇ ਵਿੱਚ ਇਹਦਾ, ਜਿਹੜੇ ਫੈਸਲੇ ਲੈਣੇ ਸੀਗੇ, ਕਿਉਂਕਿ ਫੈਸਲੇ ਡੇਰੀਆਂ ਨੂੰ ਇੰਨਾ ਚਿਰ ਤੇ ਲੰਘ ਗਿਆ ਵੀ ਇੱਥੇ ਰਹਿਣਗੀਆਂ ਜਾਂ ਜਾਣਗੀਆਂ, ਹੁਣ ਉਹਦਾ ਜਿਹੜੇ ਜੇ ਇੱਥੇ ਰਹਿਣਗੀਆਂ ਤਾਂ ਉਹਨਾਂ ਦਾ ਕੀ ਹੱਲ ਆ? ਜਿਹੜਾ ਗੋਹਾ ਵਾ, ਗੋਹਾ ਇਹੋ ਜਿਹੀ ਚੀਜ਼ ਆ ਕਿ ਇਹ ਮਨੀ ਆ, ਜੇ ਇਹ ਖੇਤਾਂ 'ਚ ਚੱਲ ਜਾ ਹਰਿਆਲੀ ਲਿਆਊਗਾ, ਅਤੇ ਜੇ ਇਹ ਬੁੱਢੇ ਦਰਿਆ 'ਚ ਜਾਂਦਾ ਵਾ ਤਾਂ ਇਹ ਸਮਝ ਲਓ ਜ਼ਹਿਰ ਆ, ਇਹਦਾ ਬਹੁਤ ਜਿਹੜਾ ਹੈਗਾ ਇਹ ਪਾਣੀ ਨੂੰ ਜਿਹੜਾ ਹੈਗਾ ਇਹਦੀ ਆਕਸੀਜਨ ਦਾ ਇਹਨੂੰ ਘਟਾ ਦਿੰਦਾ। ਸੋ ਜੇਕਰ ਇਹੀ ਪਾਣੀ ਇਹਨੂੰ ਗੋਹੇ ਨੂੰ ਸੁਕਾ ਕੇ ਇਹਦੇ ਉਹ ਡੱਕ ਬਣ ਜਾਣ, ਇਹਦੀਆਂ ਪਾਥੀਆਂ ਬਣ ਜਾਣ, 9-10 ਰੁਪਏ ਕਿਲੋ ਵਿਕਦਾ, ਜੇਕਰ ਇਹ 'ਚੋਂ ਗੈਸ ਕੱਢੀ ਲਈ ਜਾਵੇ ਤਾਂ ਉਹਦੀ ਗੈਸ ਵੱਖਰੀ ਅਤੇ ਸਲੱਜ ਜਿਹੜੀ ਹੈਗੀ ਆ ਉਹ ਖੇਤਾਂ ਵਿੱਚ ਹਰਿਆ ਕੇ ਖਾਲੀ ਲਿਆ ਸਕਦੀ ਹੈ, ਪਰ ਅਫਸੋਸ ਆ ਕਿ ਹੁਣ ਤੱਕ ਇਹਦੇ ਪ੍ਰਬੰਧ ਨਹੀਂ ਹੋਏ। ਅੱਜ ਵੀ ਇਸ ਵਿਚਾਰਾਂ ਹੋਈਆਂ ਵੀ ਇਹਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਜੇ ਕਿਹੜਾ ਗੋਹਾ ਵਾ ਇਹਨੂੰ ਵੱਖਰਾ ਸੰਭਾਲਿਆ ਜਾਵੇ, ਕਿਉਂਕਿ ਪਾਣੀ ਤਾਂ ਟ੍ਰੀਟ ਕਰ ਲਈ ਹੈ, ਕਿਉਂਕਿ ਜਦੋਂ ਅਸੀਂ ਉਹਨੂੰ ਅੱਗੇ ਗੋਹੇ ਨੂੰ ਚੱਕਦੇ ਸੀਗੇ, ਹੁਣ ਕੀ ਕਰਦੇ ਗੋਹੇ ਨੂੰ ਧੋਂਦੇ ਆ, ਜਦੋਂ ਉਹ ਧੋਣ ਦੇ ਨਾਲ ਉਹ ਪਾਣੀ ਆ, ਪਾਣੀ ਨੂੰ ਟ੍ਰੀਟ ਕਰਨ ਵਾਲੇ ਤਾਂ ਟ੍ਰੀਟਮੈਂਟ ਪਲਾਂਟ ਲੱਗ ਰਹੇ ਆ, ਪਰ ਗੋਹਾ ਤੇ ਅਕਸਰ ਗੋਹਾ ਉਹਦਾ ਕੀ ਹੱਲ ਆ, ਉਹਦਾ ਹਜੇ ਕੋਈ ਹੋਇਆ ਨਹੀਂ ਉਹਦੇ ਉੱਤੇ ਵੀ ਅੱਜ ਦੀ। ਬਹੁਤ ਸਾਰੀਆਂ ਡਾਈਆਂ ਨੇ ਜਿਹੜੀਆਂ ਬਾਲਣ, ਉਹਨਾਂ ਨੂੰ ਬਾਲਣ ਬਾਲਣਾ ਹੁੰਦਾ ਪਰ ਬਾਲਣ ਮਹਿੰਗਾ ਕਰਕੇ ਬਾਲਣ ਨਹੀਂ ਬਾਲਦੇ, ਕੂੜਾ ਜਾਂ ਕੁਛ ਇਹ ਚੀਜ਼ਾਂ ਬਾਲਦੇ ਨੇ ਜਿਹਦੇ ਨਾਲ ਜਿਹੜੇ ਨਾਲ ਦੇ ਇਲਾਕੇ ਨੇ ਮਹੀਨੇ ਦੇ ਵਿੱਚ 4 ਦਿਨ ਅਸੀਂ ਆਇਆ ਕਰਾਂਗੇ, ਜਿੱਥੇ ਵੀ ਸਾਨੂੰ ਉੱਥੇ ਲੈ ਕੇ ਜਾਇਓ ਤੁਸੀਂ, ਅਸੀਂ ਆਪਾਂ ਚੱਲ ਜਾਵਾਂਗੇ ਨਾਲ। ਇੱਕ ਪਾਣੀ ਜਿਹੜੇ ਡੂੰਘੇ ਹੁੰਦੇ ਜਾ ਰਹੇ ਉਹ ਬੜਾ ਗੰਭੀਰ ਵਿਸ਼ਾ ਹੈਗਾ, ਉਸ ਤੇ ਪੂਰੇ ਵਰਲਡ ਵੱਲੋਂ ਚਿੰਤਾ ਜਤਾਈ ਗਈ ਹੈ, ਖਾਸ ਕਰਕੇ ਭਾਰਤ ਦੀ ਤੇ ਪੰਜਾਬ ਦੀ, ਤਾਂ ਉਸ ਨੂੰ ਲੈ ਕੇ ਲੱਗਦਾ ਕਿ ਇਹ ਕੀ ਬਹੁਤ ਵੱਡਾ ਵਿਸ਼ਾ ਹੈਗਾ, ਇਸ ਤੇ ਵੀ ਸਰਕਾਰਾਂ ਨੂੰ ਕੰਮ ਕਰਨ ਦੀ ਲੋੜ ਹੈ। ਇਹ ਤਾਂ ਪਾਣੀ ਤਾਂ ਹੁਣ ਪੀਣ ਵਾਲਾ ਵੀ ਇੱਕ, ਕਹਿੰਦੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਜੰਗਾਂ 'ਚ ਤਾਂ ਉਹ ਵੀ ਪਾਣੀ ਦੇ ਲਈ ਹੋਣਗੀਆਂ। ਸੋ ਪਾਣੀ ਦੀ ਬੜੀ ਅਹਿਮੀਅਤ ਹੈ, ਸਾਡੇ ਜੀਵਨ ਦਾ ਆਧਾਰ ਹੈ, ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸੀ, ਪਾਣੀ ਮੁੱਕ ਰਿਹਾ ਪਾਣੀ ਸੁੱਕ ਰਿਹਾ, ਇਹ ਸੈਂਟਰਲ ਵਾਟਰ ਬੋਰਡ ਦੀ ਜਿਹੜੀ ਰਿਪੋਰਟ ਵੀ ਆ ਚੁੱਕੀ ਹੈ, ਪਰ ਉਹਦੇ ਵਾਸਤੇ ਸਾਨੂੰ ਸਾਰੇ ਤਰ੍ਹਾਂ ਪਾਣੀ ਰੀਚਾਰਜ ਕਰਨ ਦੀ ਵੀ ਲੋੜ ਹੈ,
खेती के सुधार करने की भी लोड़ है। जो असं फ्लड सिस्टम के नाल खेती कर रहे हैं उन्होंने आप फुहारा सिस्टम ड्रिप सिस्टम वाल जाइए बागबानी वालों जाइए बहुत हैगा पर वास्ते समा लगेगा लोड़ है उधर सरकार वालों मोटर के बिल भी फ्री किए जाते हैं। मैं लगता है भी किसान भी एक रीजन है भी नहरी पानी की जगह मोटर की ज्यादा वरतों करते हैं क्योंकि बिल फ्री है बिल आते नहीं तो उस करके भी पानी जो ज्यादा डूंगा होते जा रहा है। देखो कि सरदार भगवंत सिंह मान उन्होंने ये उत्ते गंभीर नोटिस भी लिया पिछली बार भी यूनिवर्सिटी में मीटिंग हुई भी सिर्फ असी 34% पानी ला रहे हैं जे असी इनू 80-90-80 तक लै जाइए तो साडा धरती हेठला पानी बहुत बच सकता वो हुण नहरी पानी वाल ध्यान होया ये पानी दे नाल भी साडा पानी दा लैवल जिहड़ा है वो बचू। सर एक पराली नू अग लाउंदे लगातार वाकया वध रहे ने सो एनजीटी ने भी सख्ती दिखाई है सो लगातार उसनू लैके भी तां लगदा है भी किसानां नू जागरूक करन दी लोड़ है। असी तां कहांगे कि आपां गुरु दा वचन मन के बाबे नानक दा रोज आपां नू उपदेश दिंदे पवन गुरु पाणी पिता माता धरत महत दिवस रात तो दाई दाया खेले तो सानू चाहिए कि असं बाबे नानक का वचन मनीए पराली नू अग ना लाइए खेतों में गालीए 60% खाद जी खेत में रह जाती है फसलों के झाड़ वधदे आ उहदे नाल जिहड़ी हैगी जे खेतों च रलूगी इहदा बहुत फायदे होणगे।